ਬੜੀ ਖੁਸ਼ੀ ਆ ਇਸ ਗੱਲ ਦੀ ਕਿ ਸਤਸਮੁੰਦਰ ਪਾਰ ਜਾ ਕੇ ਵੀ ਜਿਹੜੀ ਨੌਜਵਾਨੀ ਤੇ ਜਿਹੜੀ ਨਵੀਂ ਪੀੜ੍ਹੀ ਆ ਉਹ ਆਪਣੇ ਗੁਰੂ ਨਾਲ ਤੇ ਆਪਣੀ ਇਸ ਧਰਤੀ ਦੇ ਨਾਲ ਮੋਹ ਰੱਖਣਾ ਦਾ ਜਿਹੜਾ ਸਾਨੂੰ ਉਹਦਾ ਚਾਹ ਦਿਖਾਈ ਦੇ ਰਿਹਾ ਅ ਅੱਜ ਸਿੰਘ ਸਾਹਿਬ ਕੋਲੇ ਜਿਹੜੇ ਬੱਚੇ ਨੇ ਇੱਥੇ ਉਹਨਾਂ ਦਾ ਸਤਿਕਾਰ ਕੀਤਾ ਸਿੰਘ ਸਾਹਿਬ ਨੇ ਇਹ ਗੁਰ ਇੱਕ ਪ੍ਰੀਤ ਸਿੰਘ ਨਾਮ ਆ ਜਿਹੜਾ ਕਿ ਅਮਰੀਕਾ ਦੇ ਵਿੱਚ ਰਹਿੰਦਾ ਹੈ ਤੇ 12ਵੀਂ ਕਲਾਸ ਦਾ ਵਿਦਿਆਰਥੀ ਆ ਤੇ ਇਹਦੇ ਮਨ ਦਾ ਇੱਕ ਚਾਹ ਸੀ ਕਿ ਮੈਂ ਦਮਦਵਾ ਸਾਹਿਬ ਪਹੁੰਚ ਕੇ ਇੱਥੇ ਅਮਰਤ ਬਾਣ ਕਰਨਾ ਆਪਣੇ ਮਨ ਦੀ ਬਲਬਲਾ ਭਾਵੇਂ ਕਿ ਇਹਨਾਂ ਦੇ ਪਿਤਾ ਜੀ ਸਰ ਗੁਰਪ੍ਰੀਤ ਸਿੰਘ ਜਿਹੜੇ ਕਿ ਗreturnData ਸਿੰਘ ਵਾਲੇ ਤੋਂ ਨੇ ਜਿਹੜੇ ਕਿ ਭਾਵੇਂ ਸ਼ੋਕੜ ਇਹਨਾਂ ਦਾ ਅਕਾਲੀ ਦਲ ਨਾਲ ਵੀ ਆ ਉੱਥੇ ਗੁਰਦੁਆਰਾ ਕਮੇਟੀ ਨਾਲ ਸੰਬੰਧਤ ਨੇ ਪਰ ਇਸ ਵਿਦਿਆਰਥੀ ਦੀ ਇਹ ਇੱਕ ਵੱਡੀ ਸਫਲਤਾ ਕਹਿ ਸਕਦੇ ਹਾਂ ਕਿ ਅਮਰੀਕਾ ਦੇ ਅੰਦਰ ਜਿੱਥੇ ਕਿ ਪਛਾਣ ਦੀ ਵੱਡੀ ਲੜਾਈ ਪਿਛਲੇ ਸਮੇਂ ਚੱਲੀ ਸਾਡੇ ਸਿੱਖਾਂ ਤੇ ਹਮਲਾ ਵੀ ਹੋਇਆ ਹੇਟ ਕਰਾਈਮ ਦੇ ਤੌਰ ਤੇ ਬੜਾ ਵੱਡਾ ਸਫਰ ਵੀ ਕੀਤਾ ਨਾਈ ਲੈਵਲ ਤੋਂ ਬਾਅਦ ਪਰ ਉਸ ਤੋਂ ਬਾਅਦ ਇਸ ਨੌਜਵਾਨ ਨੇ ਇੰਨਾ ਜਿਹੜਾ ਆਪਣਾ ਐਫਰਟਸ ਕੀਤੀ ਇਹਦੇ ਸਾਥੀਆਂ ਨਾਲ ਰਲ ਕੇ ਕਿ ਅ ਅਮਰੀਕਾ ਦੀ ਅ ਅਮਾਜੋਨਾ ਜਿਹੜੀ 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 ਸਟੇਟ ਆ ਉਸ ਦੇ ਜਿਹੜੇ ਸਰਕਾਰੀ ਜਿਹੜਾ ਉਹਨਾਂ ਦੇ ਜਿਹੜਾ ਵਿਦਿਆ ਦਾ ਸਿਸਟਮ ਹੈ ਉਹਦੇ ਵਿੱਚ ਸੋਸ਼ਲ ਮੀਡੀਆ ਜਿਹੜੀ ਹੈ ਕਿਤਾਬ ਜਿਹੜੀ ਉਹਨਾਂ ਦੀ ਸੋਸ਼ਲ ਸਾਇੰਸ ਦੀ ਉਸ ਦੇ ਵਿੱਚ ਬਾਕੀ ਧਰਮਾਂ ਦਾ ਇਤਿਹਾਸ ਪੜਾਇਆ ਜਾਂਦਾ ਸੀ ਤੇ ਇਹਨਾਂ ਦੀ ਐਫਰਟਸ ਨਾਲ ਇੱਕ ਛੋਟੀ ਉਮਰ ਦੇ ਬੱਚੇ ਨੇ ਇਸ ਗੱਲ ਦੀ ਜਿਹੜੀ ਐਫਰਟਸ ਕੀਤੀ ਆ ਉਹ ਉਹਨਾਂ ਦੀ ਸਟੇਟ ਦੇ ਵਿੱਚ ਅਮਰੀਕਾ ਦੀ ਇੱਕ ਸਟੇਟ ਦੇ ਵਿੱਚ ਇਹ ਜਿਹੜਾ ਇਤਿਹਾਸ ਆ ਉਹਨਾਂ ਦੀ ਇਤਿਹਾਸ ਦੀ ਕਿਤਾਬ ਦੇ ਵਿੱਚ ਸ਼ਾਮਲ ਕਰ ਦਿੱਤਾ ਗਿਆ ਬਹੁਤ ਵੱਡੀ ਗੱਲ ਆ ਅਸੀਂ ਇਸ ਗੱਲ ਨੂੰ ਮਾਣ ਮਹਿਸੂਸ ਕਰਦੇ ਆ ਪਹਿਲਾਂ ਵੀ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਗੱਲ ਦੀ ਵੱਡੇ ਪੱਧਰ ਤੇ ਸ਼ਲਾਘਾ ਕੀਤੀ ਗਈ ਸੀ ਹੁਣ ਇਹਨਾਂ ਨੌਜਵਾਨਾਂ ਦਾ ਐਫਰਟਸ ਆ ਕੀ ਅਮਰੀਕਾ ਸਰਕਾਰ ਨੂੰ ਇਹ ਪ੍ਰੋਪੋਜ਼ਲ ਦੇ ਕੇ ਬਾਕੀ ਵੀ ਜਿੰਨੀਆਂ ਸਟੇਟਾਂ ਵਾਂ ਉਹਦੇ ਵਿੱਚ ਵੀ ਸਿੱਖ ਇਤਿਹਾਸ ਪੜਾਇਆ ਜਾਵੇ ਇਸ ਗੱਲ ਨਾਲ ਵੱਡਾ ਅਸਰ ਪਵੇਗਾ ਇੱਕ ਤਾਂ ਪਛਾਣ ਤੇ ਇੱਕ ਸਿੱਖ ਪਲਸਵਾਂ ਜਿਹੜਾ ਵਾ ਉਹ ਸਾਰੇ ਅਮਰੀਕਾ ਦੇ ਅੰਦਰ ਚਾਹੇ ਉੱਥੇ ਕੋਈ ਗੋਰਾ ਵਾ ਤੇ ਚਾਹੇ ਕਾਲਾ ਵਾ ਤੇ ਚਾਹੇ ਸਿੱਖਾਦ ਚਾਹੇ ਹਿੰਦੂ ਆ ਜਿਹੜੇ ਕੀ ਇਹ ਸਿੱਖਾਂ ਦੇ ਇਤਿਹਾਸ ਨੂੰ ਜਿਹੜਾ ਪੜਨਗੇ ਇਹ ਵੱਡੀ ਪ੍ਰਾਪਤੀ ਮੈਂ ਸਮਝਦਾ ਸੋ ਇਸ ਗੱਲ ਨੂੰ ਲੈ ਕੇ ਅੱਜ ਸਿੰਘ ਸਾਹਿਬ ਵਿਗਿਆਨੀ ਹਰਪੀ ਸਿੰਘ ਜੀ ਇਹਨਾਂ ਦੇ ਕੋਲ ਇਹ ਪਰਿਵਾਰ ਵੀ ਆਇਆ ਤੇ ਇਹ ਬੱਚਾ ਪਹਿਲਾਂ ਇੱਥੇ ਸਿੰਘ ਸਾਹਿਬ ਦੇ ਅਸ਼ੀਰਵਾਦ ਨਾਲ ਅਮਰਤ ਵੀ ਛਕਿਆ। ਸੋ ਇਹ ਜਿਹੜੀ ਭਾਵਨਾਵਾਂ ਇਹ ਭਾਵਨਾ ਦੀ ਸਾਨੂੰ ਕਦਰ ਵੀ ਕਰਨੀ ਚਾਹੀਦੀ ਹੈ ਤੇ ਮੈਂ ਤਾਂ ਇਥੋਂ ਤੱਕ ਕਹਿੰਦਾ ਕਿ ਇਹਦੀ ਸਾਨੂੰ ਰਿਸਪੈਕਟ ਵੀ ਕਰਨੀ ਚਾਹੀਦੀ ਹੈ ਤੇ ਉਤਸ਼ਾਹਤ ਵੀ ਕਰਨਾ ਚਾਹੀਦਾ ਜਿਵੇਂ ਸਿੰਘ ਸਾਹਿਬ ਨੇ ਅੱਜ ਇਸ ਨੌਜਵਾਨ ਨੂੰ ਜਿੱਥੇ ਉਤਸ਼ਾਹਤ ਵੀ ਕੀਤਾ ਉਥੇ ਉਹਨਾਂ ਨੇ ਇਹਨਾਂ ਦੇ ਨਾਲ ਰਾਫਤਾ ਵੀ ਰੱਖਿਆ ਭਾਵੇਂ ਕਿ ਸਿੰਘ ਸਾਹਿਬ ਵੱਲੋਂ ਇੱਕ ਨੌਜਵਾਨ ਕਾਨਫਰੰਸ ਜਿਹੜੀ ਆ ਉਹ 25 ਤਰੀਕ ਤੋਂ ਕੀਤੀ ਜਾ ਰਹੀ ਆ। ਉਹ ਨੌਜਵਾਨਾਂ ਨੂੰ ਧਰਮ ਨਾਲ ਜੋੜਨ ਦੇ ਲਈ ਜਿਹੜੇ ਵੱਡੇ ਉਪਰਾਲੇ ਜਿਹੜੇ ਆ ਉਹ ਪਹਿਲਾਂ ਹੀ ਯੋਜਨ ਹੋ ਰਹੇ ਨੇ ਤੋਂ ਇਹ ਇਸ ਗੱਲ ਤੇ ਮੈਨੂੰ ਸ਼੍ਰੋਮਣੀ ਗੁਰਦੁਆਰਾ ਪ੍ਰੰਧਕਮ ਕਮੇਟੀ ਦੇ ਮੈਂਬਰ ਹੋਣ ਦੇ ਨਾਤੇ ਮੈਂ ਇਸ ਗੱਲ ਦੀ ਸੰਤੋਸ਼ੀ ਪ੍ਰਗਟ ਕਰਦਾ ਤੇ ਵਧਾਈ ਦਿੰਦਾ ਇਹਨਾਂ ਦੇ ਪਿਤਾ ਜੀ ਗੁਰਪ੍ਰੀਤ ਸਿੰਘ ਜੀ ਹੋਰਾਂ ਨੂੰ ਤੇ ਇਸ ਨੌਜਵਾਨ ਨੂੰ ਅਸੀਂ ਆਸ ਕਰਦੇ ਹਾਂ ਕਿ ਇਹ ਨੌਜਵਾਨ ਅੱਗੇ ਵੀ ਆਪਣੇ ਦੇ ਨਾਲ ਹੋਰ ਜਿਹੜੀ ਹੈ ਜਿਹੜੀ ਪੀੜ੍ਹੀ ਜਿਹੜੀ ਉੱਥੇ ਜਿਹੜੀ ਸਾਡਾ ਭਵਿੱਖਾ ਉਹਨੂੰ ਇਸ ਆਪਣੇ ਜਿਹੜਾ ਮਿਸ਼ਨ ਹੈ ਉਸ ਦੇ ਨਾਲ ਜੋੜ ਕੇ ਸਿੱਖੀ ਦੀ ਸੇਵਾ ਵਿੱਚ ਯੋਗਦਾਨ ਪਾਉਣਗੇ ਸੋ ਮੈਂ ਅੱਜ ਦੇ ਦਿਨ ਤੇ ਸਿੰਘ ਸਾਹਿਬ ਵੱਲੋਂ ਜਿਹੜਾ ਇਹਨਾਂ ਦਾ ਸਨਮਾਨ ਕੀਤਾ ਹੈ ਸਿੰਘ ਸਾਹਿਬ ਦਾ ਧੰਨਵਾਦ ਹੈ ਇਹਨਾਂ ਦੋਨਾਂ ਨੂੰ ਪਿਤਾ ਤੇ ਪੁੱਤਰ ਨੂੰ ਬਹੁਤ ਬਹੁਤ ਵਧਾ ਕੁਵਾਰਕਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਸਰ ਜਿਹੜੇ ਪਰਦੇਸ਼ਾਂ 'ਚ ਜਦ ਸਮੱਸਿਆਵਾਂ ਦੇ ਖਰੇ ਨੂੰ ਲੈ ਕੇ ਸਮੱਸਿਆ ਆਉਂਦੀ ਹੈ ਦਸਤਾਰ ਨੂੰ ਲੈ ਕੇ ਸਮੱਸਿਆ ਆਉਂਦੀ ਹੈ ਜੇਕਰ ਇਸ ਤਰ੍ਹਾਂ ਇਤਿਹਾਸ 'ਚ ਸ਼ਾਮਿਲ ਹੁੰਦਾ ਹੈ ਤਾਂ ਸਿੱਖਾਂ ਦੀ ਇੱਕ ਵੱਡੀ ਸਮੱਸਿਆ ਜਿਹੜੀ ਹੈਗੀ ਹੈ ਜੇ ਉੱਥੇ ਲੋਕੋ ਨੇ ਇਹਦੇ ਬਾਰੇ ਵੀ ਗਿਆਨ ਹੋਊਗਾ ਬੜਾ ਫਾਇਦਾ ਹੋਊਗਾ ਬਹੁਤ ਬਹੁਤ ਜ਼ ਕਿਉਂਕਿ ਅਮਰੀਕਾ ਦੇ ਵਿੱਚ ਤਾਂ ਜਿਹੜਾ ਅਸੀਂ ਉੱਥੇ ਝਾਲ ਚੱਲੀ ਆ ਬਹੁਤ ਬੜੀ ਭੜੀ ਝਾਲ ਸੀ ਭਾਵੇਂ ਕਿ ਅਮਰੀਕਾ ਦੀ ਸਰਕਾਰ ਦਾ ਅਸੀਂ ਧੰਨਵਾਦ ਕਰਦੇ ਹਾਂ ਉਹਨੇ ਵਾਈਟ ਹਾਊਸ ਦੇ ਵਿੱਚ ਗੁਰੂ ਨਾਨਕ ਪ੍ਰਕਾਸ਼ ਪੁਰਬ ਮਨਾਇਆ ਤੇ ਸਿੱਖੀ ਪਛਾਣ ਵਾਸਤੇ ਕਾਫੀ ਕੰਮ ਕੀਤਾ ਉਹ ਇਹ ਉਹਨਾਂ ਦਾ ਧੰਨਵਾਦ ਵੀ ਆ ਪਰ ਬਿਲਕੁਲ ਤੁਸੀਂ ਜਿਵੇਂ ਕਹਿੰਦੇ ਹੋ ਕਿ ਇਹ ਜਿਹੜੀ ਸਿੱਖੀ ਪਛਾਣ ਤੇ ਸਿੱਖ ਪਲਸਪਾਇ ਜਿਹੜਾ ਕਿ ਅਸੀਂ ਪ੍ਰਚਾਰ ਕਰਨਾ ਹੈ ਸਾਡਾ ਮਿਸ਼ਨ ਹੈ ਸਿੱਖੀ ਸਿਧਾਂਤਾਂ ਦਾ ਪ੍ਰਚਾਰ ਕਰਨਾ ਉਹ ਇਸ ਦੇ ਰਾਹੀਂ ਇੱਕ ਚੰਗਾ ਆਉਣ ਵਾਲਾ ਜਿਹੜਾ ਪ੍ਰਵੇਖਾ ਚੰਗਾ ਵਾ ਸਾਨੂੰ ਚੰਗੀ ਆਸ ਵਜਹੀ ਆ। ਹਾਂਜੀ ਕੀ ਨਾਮ ਹੈ? ਮੇਰਾ ਨਾਮ ਗੁਰਪ੍ਰੀਤ ਸਿੰਘ ਜੋ ਤੁਸੀਂ ਉਹ ਸਿੱਖ ਇਤਿਹਾਸ ਸ਼ਾਮਿਲ ਕਰਾਇਆ ਹੈ। ਹਾਂਜੀ ਕਿੰਨੀ ਕੁ ਮੁਸ਼ਕਲ ਕਰਨੀ ਪਈ? ਪਹਿਲਾਂ ਕਿਵੇਂ ਮਨਚਾਇਆ ਕਿ ਸਿੱਖ ਇਤਿਹਾਸ ਨੂੰ ਵੀ ਇਥੇ ਸ਼ਾਮਿਲ ਕਰਾਇਆ। ਸੋ ਸੱਪਤ ਪਹਿਲਾਂ ਦੇਸ਼ਾਂ ਦੇਸ਼ਾਂ ਵਿੱਚ ਵਸਦੀ ਸਮੂਹ ਗੁਰੂ ਨਾਨਕ ਨਾਮਲੇ ਵਸੰਗਤ ਨੂੰ ਪਹਿਲਾਂ ਫਤਿਹ ਅਰਸ ਕਰਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ। ਸੋ ਮੈਂ 2014 ਦੇ ਵਿੱਚ ਇਥੋਂ ਗਿਆ ਸੀ ਪਹਿਲਾਂ ਮੈਂ ਕੈਨੇਡਾ ਰਿਹਾ ਤਦੋਂ ਬਾਅਦ ਮੈਂ ਯੂਐਸ ਸ਼ਿਫਟ ਹੋ ਗਿਆ ਮੈਂ 12ਵੀਂ ਪੜ੍ਹਦਾ ਮੈਂ 8 ਤੋਂ ਲੈ ਕੇ ਹੁਣ ਤੱਕ ਇਕੱਲਾ ਹੀ ਜੋ ਸਕੂਲ ਚ ਦਸਤਾਰ ਬੰਦ ਦਸਤਾਰ ਸਜਾਉਂਦਾ ਤੇ ਯੂਐਸ ਦੇ ਵਿੱਚ 911 ਤੋਂ ਬਾਅਦ 911 ਤੋਂ ਬਾਅਦ ਜਦੋਂ ਟੈਰਰਿਸਟ ਟੈਕ ਹੋਇਆ ਤਾਂ ਯੂਐਸ ਦੇ ਵਿੱਚ ਕਾਫੀ ਹੇਟਿਸਮ ਸਿੱਖਾ ਨੂੰ ਫੇਸ ਕਰਨਾ ਪਿਆ ਕਿਉਂਕਿ ਸਿੱਖਾ ਨੂੰ ਤੇ ਮੁਸਲਮਾਨ ਇੱਕੋ ਸਮਝਾ ਜਾਂਦੇ ਕਿਉਂਕਿ ਦਸਤਾਰ ਉਹ ਵੀ ਸਜਾਉਂਦੇ ਨੇ ਆਪਾਂ ਵੀ ਸਜਾਉਂਦੇ ਆ ਦਾੜਾ ਉਹ ਵੀ ਰੱਖਦੇ ਨੇ ਅਸੀਂ ਵੀ ਰੱਖਦੇ ਆ ਪਰ ਇਹ ਜੋ ਕਨਫਿਊਜ਼ਨ ਸੀ ਇਹ ਅਮਰੀਕਨਸ ਨੂੰ ਹਜੇ ਨਹੀਂ ਪਤਾ ਕਿਉਂਕਿ ਅਜੇ ਤੱਕ ਸਿੱਖਾਂ ਬਾਰੇ ਕੁਝ ਪੜਾਇਆ ਨਹੀਂ ਸੀ ਜਾਂਦਾ এডੂਕੇਸ਼ਨ ਦਾ ਬੜਾ ਲੈਕ ਸੀ ਸੋ ਮੈਂ ਹੁਣ ਪਿਛਲੇ ਇੱਕ ਸਾਲ ਮੈਂ ਫਰਸਟ ਪ੍ਰਿੰਸੀਪਲ ਸਾਹਿਬ ਕੋਲ ਗਿਆ ਵੀ ਸਾਨੂੰ ਹੇਟ ਆ ਰਹੀ ਹੈ ਅਸੀਂ ਹੇਟ ਫੇਸ ਕਰ ਰਹੇ ਹਾਂ ਸਾਨੂੰ ਕੋਈ ਸੋਲੂਸ਼ਨ ਚਾਹੀਦਾ ਹੈ ਵੀ ਅਸੀਂ ਚਾਹੁੰਦੇ ਹਾਂ ਵੀ ਜਿੱਥੇ ਅਸੀਂ ਕਿਉਂਕਿ ਅਮਰੀਕਨ ਦੇ ਵਿੱਚ ਅਮਰੀਕਾ ਦੇ ਵਿੱਚ ਸਿੱਖਾਂ ਨੇ ਬੜਾ ਕੁਝ ਕੰਟ੍ਰਿਬਿਊਟ ਕੀਤਾ ਇਕਨੋਮੀ ਦੇ ਵਿੱਚ ਆਪਣਾ ਸਿੱਖਾਂ ਦਾ ਬੜਾ ਵੱਡਾ ਹੱਥ ਹੈ ਸੋ ਅਸੀਂ ਚਾਹੁੰਦੇ ਹਾਂ ਵੀ ਅਸੀਂ ਇਕੁਅਲੀ ਟੀਟ੍ਰੀਟਡ ਹੋਈਏ ਸੋ ਅਸੀਂ ਵੀ ਚਾਹੁੰਦੇ ਹਾਂ ਸਾਡੇ ਥਾਸ ਬਾਰੇ ਪੜਾਇਆ ਜਾਵੇ ਸੋ ਪ੍ਰਿੰਸੀਪਲ ਸਰਬ ਕੰਦਰ ਵੀ ਇੱਥੇ ਕੁਝ ਨਹੀਂ ਹੋਣਾ ਜੇ ਆਪਾਂ ਕੋਈ ਚੇਂਜ ਕੋਈ ਬਦਲਾਵ ਲਿਆਉਣਾ ਚਾਹੁੰਦੇ ਆ ਤਾਂ ਆਪਾਂ ਨੂੰ ਸਟੇਟ ਲੈਵਲ ਤੇ ਜਾਣਾ ਪੈਣਾ ਸੋ ਅਸੀਂ ਆਪਣੀ ਟੀਮ ਗੈੱਟ ਟੂਗੇਦਰ ਕੀਤੀ ਅਸੀਂ ਇੱਕ ਬਿਲ ਡਰਾਫਟ ਕੀਤਾ ਜਿੱਚ ਆਪਾਂ ਦੱਸਿਆ ਵੀ ਕਿਉਂ ਅਸੀਂ ਚਾਹੁੰਦੇ ਸਿਕਾ ਬਾਰੇ ਪੜਾਇਆ ਜਾਵੇ ਇੱਕ FBI ਦੀ ਰਿਪੋਰਟ ਹੈ ਜੀ ਦੱਸਿਆ ਲੰਬੀ ਹਰ ਸਾਲ 11% ਇਨਕਰੀਜ਼ ਹੋ ਰਿਹਾ ਹੈ ਸਿਕਹੇਟ ਦੇ ਵਿੱਚ ਜਸਟ ਬਿਕੋਜ਼ ਆਪਾਂ ਨੂੰ ਮੁਸਲਮਾਨਾਂ ਨਾਲ ਇਸਲਾਮ ਦੇ ਨਾਲ ਕਨੈਕਟ ਕੀਤਾ ਜਾਂਦਾ ਐਂਡ ਆਪਾਂ ਸਾਰੇ ਜਾਣਦੇ ਆ ਵੀ ਅਮਰੀਕਾ ਦੇ ਮੁਸਲਮਾਨਾਂ ਦਾ ਕਿਦਾਂ ਰਿਲੇਸ਼ਨਸ ਨੇ ਸੋ ਫਿਰ ਅਸੀਂ ਸਟੇਟ ਕਮੇਟੀ ਨਾਲ ਕੰਟੈਕਟ ਕੀਤਾ ਆਪਣੇ ਲੋਕਲ ਨਮਾਇੰਦਿਆਂ ਨਾਲ ਕੰਟੈਕਟ ਕੀਤਾ ਅਸੀਂ ਉਹਨਾਂ ਨਾਲ ਗੈੱਟ ਥਾਦਰ ਕੀਤੀ ਮੀਟਿੰਗਸ ਡਿਟੇਲਸ ਕੀਤੀਆਂ ਬੋਰਡ ਨਾਲ ਮੀਟਿੰਗ ਕੀਤੀਆਂ ਫਿਰ ਅਸੀਂ ਸਟੇਟ ਕਮੇਟੀ ਦੇ ਵਿੱਚ ਇਹ ਬਿਲ ਪਾਸ ਕਰਾਇਆ ਉਸ ਤੋਂ ਬਾਅਦ ਅਸੀਂ ਸਟੂਡੈਂਟਸ ਗੈੱਟ ਟੂਗੇਦਰ ਕੀਤੇ ਹਾਈ ਸਕੂਲ ਤੋਂ ਐਲੀਮੈਂਟਰੀ ਤੋਂ ਮਿਡਲ ਸਕੂਲ ਤੋਂ ਕੱਲੇ-ਕੱਲੇ ਸਕੂਲ ਚੋਂ ਇੱਕ ਬੱਚਾ ਇਕੱਠਾ ਕੀਤਾ ਉਹਨਾਂ ਨੂੰ ਉੱਥੇ ਜਾ ਕੇ ਬੁਲਾਇਆ ਕਿ ਕੀ ਉਹਨਾਂ ਦਾ ਐਕਸਪੀਰੀਅੰਸ ਨੇ ਕੀ ਉਹਨਾਂ ਨੂੰ ਫੇਸ ਕਰਨਾ ਪੈਂਦਾ ਸੋ 2 ਹਫ਼ਤੇ ਪਹਿਲਾਂ ਅਫੀਸ਼ਲੀ ਸੈਨੇਟ ਵੱਲੋਂ ਵੀ ਇਹਨਾਂ ਪਾਸ ਹੋ ਗਿਆ ਤੇ ਅੱਜ ਤੋਂ ਨਿਊ ਜਰਸੀ ਦੇ ਵਿੱਚ ਸਿੱਖ ਇਤਿਹਾਸ 'ਤੇ ਪੜਾਇਆ ਜਾਊਗਾ ਸਿੱਖ ਹਿਸਟਰੀ ਬਾਰੇ ਪੜਾਇਆ ਜਾਊਗਾ ਕਿੰਨੇ ਮੁਸ਼ਕਲ ਕਰਨੇ ਵੀ ਕਿੰਨੇ ਤੁਸੀਂ ਟੀਮ ਵਰਕ ਉੱਤੇ ਕੰਮ ਕੀਤਾ ਸੋ ਸਾਡੀ ਇੱਕ ਆਰਗੇਨਾਈਜੇਸ਼ਨ ਹੈ ਸਿੱਖ ਯੂਥ ਲਾਇੰਸ ਉਸ ਤੋਂ ਹੋਰ ਵੀ ਮੈਂਬਰਸ ਨੇ ਅਸੀਂ ਪਹਿਲਾਂ ਆਪਣੇ ਆਪ ਚ ਇਕੱਠੇ ਗੱਠ ਜੁਟਾ ਕੀਤਾ ਸੀ ਫਿਰ ਉਸ ਤੋਂ ਬਾਅਦ ਕਨਵਿੰਸ ਕਰਨੀ ਸਭ ਤੋਂ ਵੱਡੀ ਚੈਲੰਜ ਸੀਗਾ ਪਰ ਫਿਰ ਸਭ ਨੇ ਨਾਲ ਮਿਲ ਕੇ ਕਰ ਲਿਆ ਸਟੂਡੈਂਟਸ ਨੇ ਆਪਣੇ ਪਰਸਨਲ ਐਕਸਪੀਰੀਅੰਸ ਦੱਸੇ ਜੋ ਕਿ ਬੜਾ ਪਾਵਰਫੁਲ ਐਕਸਪੀਰੀਅੰਸ ਸੀ ਸੋ ਉਹਨਾਂ ਨੂੰ ਪਰਸੇਟ ਕਰਨਾ ਈਜ਼ੀ ਹੋ ਗਿਆ ਨੈਕਸਟ ਵੀ ਹੈ ਕੋਈ ਕਿਤੇ ਹੋਰ ਵੀ ਨੈਕਸਟ ਹੈ ਹੁਣ ਆਪਾਂ ਟਰਾਈ ਕਰਨਾ ਹਮ ਦੂਜੇ ਸਟੇਟਾਂ ਚ ਵੀ ਦੇਖ ਸੀ ਹੋਲ ਬਿਲ ਰਹਿ ਕੇ ਆ ਰਹੇ ਆ AR108 ਉਹ ਬਿਲ ਵਰ ਦੱਸਿਆ ਜਾਊਗਾ ਬੀ ਅਸੀਮ ਵਿਸਾਖੀ ਤੇ ਬੰਦੀ ਚੜਦੇ ਵਿੱਚ ਪਬਲਿਕ ਹਾਲੀਡੇ ਨਿਊ ਜਰਸੀ ਦੇ ਵਿੱਚ ਲਾਈਕ ਅਨਜਾਨੀਆਂ ਸੋ ਜਿਹੜਾ ਗਵਰਨਰ ਕਵਰਨ ਮੌਰਫੀ ਉਹਨਾਂ ਦੀ ਵਾਈਫ ਉਹਨਾਂ ਨਾਲ ਅਸੀਂ ਡਿਸਕਸ ਕੀਤਾ ਇਹ ਬਿਲ ਡਰਾਫਟ ਹੋ ਗਿਆ ਹੁਮਰ ਉਸ ਵੇਟ ਹੈ ਬੀ ਇਹਨੂੰ ਕਮੇਟੀ ਅੱਗੇ ਲੈ ਕੇ ਆਉਣਾ ਹੈ ਪਾਸ ਕਰਾਉਣਾ ਹੈ ਐਂਡ 올 ਦਾ ਪ੍ਰੋਸੈਸ ਇਨਕ ਇਲਾਤ ਨੂੰ ਇਸ ਤਰ੍ਹਾਂ ਸਿੱਖ ਇਤਿਹਾਸ ਸ਼ਾਮਲ ਕਰਾਇਆ ਕਿੰਨਾ ਫਾਇਦਾ ਹੋਗਾ ਸਿੱਖ ਕੌਮ ਨੂੰ ਆਉਣ ਵਾਲੇ ਨੌਜਵਾਨਾਂ ਨੂੰ ਜਿਤੇ ਕਿਵੇਂ ਕਈ ਵਾਰ ਘੜੇ ਨੂੰ ਲੈ ਕੇ ਸਮੱਸਿਆ ਆ ਜਾਂਦੀ ਹੈ ਦਸਤਾਰ ਨੂੰ ਲੈ ਕੇ ਜਦੋਂ ਪਿਆਰੇ ਹੋ ਸਮੱਸਿਆ ਆ ਮੁਸ਼ਕਲ ਆ ਜਾਂਦੀ ਹੈ ਜੀ ਇਨਕ ਫਾਇਦਾ ਹੋਣ ਬੜਾ ਹੈਗਾ ਬਹੁਤ ਅਨੇ ਕਾਫੀ ਫਾਇਦਾ ਹੋਏ ਕਿਉਂਕਿ ਇਹ ਛੋਟੀ ਕਲਾਸ ਤੋਂ ਲਾਗੂ ਹੋਊਗਾ ਸੋ ਛੋਟੀ ਕਲਾਸ ਦੱਸਿਆ ਜਾਊਗਾ ਵੀ ਕਨਫਿਊਜ਼ਨ ਨਹੀਂ ਹੋਊਗੀ ਹੇਟ ਨਹੀਂ ਸਾਨੂੰ ਹਿੱਕਾਂ ਨੂੰ ਉਸ ਚੀਜ਼ ਬਾਰੇ ਹੇਟ ਨਹੀਂ ਫੇਸ ਕਰਨੇ ਜੋ ਉਸੇ ਕੀਤਾ ਹੀ ਨਹੀਂ ਹੈ ਸੋ ਲੋਕਾਂ ਨੂੰ ਪਤਾ ਹੋਊਗਾ ਵੀ ਦਸਤਾਰ ਕੀ ਹੈ ਸਿੱਕਾ ਇੱਕ ਵੱਖਰੀ ਕੌਮ ਹੈ ਬਾਕੀ ਬੱਕਰੇ ਕੌਮ ਨੇ ਸੋ ਇਹਦਾ ਡਿਫਰੈਂਸ ਜੋ ਹੈ ਕਲੀਅਰ ਹੋਊਗਾ ਕਿਸ ਤਰ੍ਹਾਂ ਨੇ ਮੈਂ ਸਨਮਾਨ ਕੀਤਾ ਕਿਸ ਤਰ੍ਹਾਂ ਦਾ ਮਹਿਸੂਸ ਕਰ ਰਹੇ ਹੋ ਡੀਐਸਪੀ ਵੱਲੋਂ ਸਨਮਾਨ ਹੋਣਾ ਬੜਾ ਆਪਣੇ ਆਪ ਨੂੰ ਪਾਗਣਾ ਸਮਝਦਾ ਕਿਉਂਕਿ ਮੈਂ ਚੰਕ ਸਾਹਿਬ ਦੇ ਬੜੇ ਪਾਸ਼ਨ ਸੁਣਨੇ ਨੇ ਸਪੀਚਾਂ ਸੁਣੀਆਂ ਐਂਡ ਮੈਂ ਟਰਾਈ ਕਰਦਾ ਇਹਨਾਂ ਬਾਰੇ ਬੋਲਿਆ ਜਾਵੇ ਬਟ ਆਈਡਲ ਸਮਨ ਇਹਨਾਂ ਨੂੰ ਸੋ ਬੜਾ ਚੰਗਾ ਲੱਗਿਆ